ਅਗਲੀ ਵੱਡੀ ਅਤੇ ਦਿਲ ਦਹਿਲਾਉਣ ਵਾਲੀ ਖਬਰ ਸ਼੍ਰੀਲੰਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼੍ਰੀਲੰਕਾ ਦੇ ਰਾਜਧਾਨੀ ਕਲੰਬੋ ਸਮੇਤ ਸ਼ਹਿਰ 'ਚ 8 ਵੱਖ-ਵੱਖ ਥਾਵਾਂ 'ਤੇ 8 ਬੰਬ ਧਮਾਕੇ ਹੋਏ ਨੇ ਇਹਨਾਂ ਦੇ ਵਿੱਚੋਂ 8 ਬੰਬ ਧਮਾਕਿਆਂ ਦੇ ਨਾਲ ਸ਼੍ਰੀਲੰਕਾ ਦਹਿਲ ਉੱਠਿਆ ਆਤ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 500 ਤੋਂ ਲੋਕ ਵੱਧ ਜ਼ਖਮੀ ਹੋਏ ਨੇ ਦੱਸ دیے ਕਿ ਇਹ ਧਮਾਕੇ ਚਰਚਾਂ ਤੇ ਹੋਟਲਾਂ ਦੇ ਵਿੱਚ ਹੋਏ ਨੇ ਗਵਾਂਡੀ ਦੇਸ਼ ਸ਼੍ਰੀਲੰਕਾ 8 ਬੰਬ ਧਮਾਕਿਆਂ ਨਾਲ ਦਹਿਲ ਉਠਿਆ ਸ਼੍ਰੀਲੰਕਾ ਦੇ ਰਾਜਧਾਨੀ ਕੋਲੰਬੋ ਸਬੇਤ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ 8 ਬੰਬ ਧਮਾਕੇ ਹੋਏ ਨੇ ਦੱਸਦੇ ਕਿ ਇਹ ਬੰਬ ਧਮਾਕੇ ਚਰਚਾਂ ਤੇ ਹੋਟਲਾਂ ਦੇ ਵਿੱਚ ਹੋਏ ਨੇ ਜਿਨ੍ਹਾਂ ਵਿੱਚ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਧਮਾਕਿਆਂ ਦੇ ਕਾਰਨ 500 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਜ਼ਖਮੀਆਂ ਦੇ ਵਿੱਚੋਂ ਕੁਝ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਕਾਬਿਲ ਜ਼ਿਕਰ ਹੈ ਕਿ ਨਤਮਾਕਿਆਂ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਵੱਲੋਂ ਐਮਰਜੈਂਸੀ ਬੈਠਕ ਕੀਤੀ ਗਈ ਅਤੇ ਸਰਕਾਰ ਨੇ ਪੂਰੇ ਦੇਸ਼ ਦੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਲਈ ਕਰਫਿਊ ਲਗਾ ਦਿੱਤਾ ਹੈ ਨਾਲ ਹੀ ਸੋਸ਼ਲ ਮੀਡੀਆ ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਥੇ ਸਰਕਾਰ ਨੇ ਸਾਰੇ ਹੀ ਸਕੂਲਾਂ ਨੂੰ ਸੋਮਵਾਰ ਅਤੇ ਮੰਗਲਵਾਰ ਤੱਕ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਨੇ